ਅਸਲਾਮ ਵਾਲੇਕੁਮ ਅੱਜ ਦਾ ਜਿਹੜਾ ਸਾਡਾ ਸਬਕ ਏ ਉਹ ਹੈ ਸجاد ਹਦਰ ਦਾ ਡੀਡੀ ਆਈ ਡਰਾਮਾ ਪਤੰਗੇ ਡਰਾਮਾ ਪੜ੍ਹਨ ਤੋਂ ਪਹਿਲਾਂ ਅਸੀਂ ਸجاد ਹਦਰ ਦੀ ਖਿਆਤੀ ਨੂੰ ਮੁਖ्तसर ਵੇਖ ਲੈਣੇ ਆਂ ਸجاد ਹਦਰ ਗੁਜਰਾਤ ਦੇ ਇੱਕ ਪਿੰਡ ਮੋਲਾ ਵਿੱਚ ਇਲਮੀ ਅਦਿ ਸ਼ਖਸੀਅਤ ਪੀਰ ਜ਼ਾਦਾ ਨੂਰ ਹੁਸੈਨ ਆਜ਼ਰੀ ਦੇ ਘਰ 1919 ਨੂੰ ਪੈਦਾ ਹੋਏ میٹرک ਦਾ ਇਮਤਿਹਾਨ ਗੁਜਰਾਤ ਤੋਂ ਬੀ ਏ ਤੇ ਐਮ ਏ ਫਾਰਸੀ ਦੇ ਇਮਤਿਹਾਨ ਗਵਰਨਮੈਂਟ ਕਾਲਜ ਲਾਹੌਰ ਤੋਂ ਪਾਸ ਕੀਤੇ 1944 ਵਿੱਚ ਇਤਲਾਤ ਦੇ ਮਹਿਕਮੇ ਵਿੱਚ ਮੁਲਾਜ਼ਮਤ ਇਖਤਿਆਰ ਕੀਤੀ ਤੇ 올 ਇੰਡੀਆ ਰੇਡੀਓ ਪਾਕਿਸਤਾਨ ਦੇ ਦਿਹਾਤੀ ਪ੍ਰੋਗਰਾਮ ਦੇ ਨਿਗਰਾਨ ਮੁਕਰਰ ਹੋਏ ਕਿਆਮੇ ਪਾਕਿਸਤਾਨ ਤੋਂ ਬਾਅਦ ਤਾਲੁਕਾਤ ਆਮਲਾ ਦੇ ਮਹਿਕਮੇ ਵਿੱਚ ਇਨਫੋਰਮੇਸ਼ਨ ਆਫੀਸਰ ਬਣਾਏ ਗਏ ਪਰ ਫਿਰ ਦੁਬਾਰਾ ਰੇਡੀਓ ਪਾਕਿਸਤਾਨ ਆ ਗਏ ਜਿੱਥੇ ਰੀਜੀonal ਡਾਇਰੈਕਟਰ ਦੇ ਉਹਦੇ ਤੋਂ ਰਿਟਾਇਰ ਹੋਏ ਇਸੇ ਦੌਰਾਨ ਆਪ ਪੰਜਾਬ ਆਰਟਸ ਕੌਂਸਲ ਦੇ ਡਾਇਰੈਕਟਰ ਵੀ ਰਹੇ ਬਾਅਦ ਵਿੱਚ ਪੰਜਾਬੀ ਅਦਬੀ ਬੋਰਡ ਲਾਹੌਰ ਦੇ ਸਦਰ ਵੀ ਰਹੇ ਸਜਾਦ ਹੈਦਰ ਨੇ ਬਹੁਤ ਸਾਰੇ ਨਿਸ਼ਰੀਆਤੀ ਯਾਨੀ ਰੇਡੀਆਈ ਡਰਾਮੇ ਲਿਖੇ ਜਿਨ੍ਹਾਂ ਵਿੱਚੋਂ ਚਾਰ ਮਜਮੂਏ ਹਵਾ ਦੇ ਹੋਕੇ ਸੂਰਜਮੁਖੀ ਬੋਲ ਮਿੱਟੀ ਦੇ ਆਬਾਵਿਆ ਤੇ ਕਾਲਾ ਪਤਨ ਸ਼ਾਇਆ ਹੋ ਚੁੱਕੇ ਨੇ 1992 ਵਿੱਚ ਚੇਤਰ ਬਾਗ ਨੋਵਲ ਲਿਖਿਆ ਸਜਾਦ ਹੈਦਰ ਦੇ ਫਨ ਪਾਰਿਆਂ ਵਿੱਚ ਪੰਜਾਬ ਦੇ ਦਿਹਾਤੀ ਵਸੇਬ ਦੀਆਂ ਵੰਸਵੰਨੀਆਂ ਮੂਰਤਾਂ ਤੇ ਮੰਜ਼ਰ ਨਜ਼ਰ ਆਉਂਦੇ ਨੇ ਉਹਨਾਂ ਦੇ ਕਿਰਦਾਰ ਜਿੰਦੇ ਜਾਗਦੇ ਤੇ ਇਸ ਮਿੱਟੀ ਦੇ ਜੰਮੇ ਹੋਏ ਮਹਿਸੂਸ ਹੁੰਦੇ ਨੇ 1980 ਵਿੱਚ ਉਹਨਾਂ ਨੇ ਪੰਜਾਬੀ ਵਾਰਾਂ ਦਾ ਉਰਦੂ ਵਿੱਚ ਬੜਾ ਖੂਬਸੂਰਤ ਤਰਜਮਾ ਤੇ 1986 ਵਿੱਚ ਪੰਜਾਬੀ ਦੀਆਂ ਨਮਾਇੰਦਾ ਕਹਾਣੀਆਂ ਦਾ ਇੱਕ ਇੰਤਖਾਬ ਵੀ ਸ਼ਾਇਆ ਕੀਤਾ ਉਨਾ ਦਾ ਫਨੀ ਫਿਕਰੀ ਇਲਮੀ ਅਦਬੀ ਤੇ تخلیਕੀ ਸਫਰ ساری ਉਮਰ جاری ਰਿਹਾ ਦਸੰਬਰ 1996 ਵਿੱਚ ਜੋ ਅੱਲਾ ਨੂੰ ਪਿਆਰੇ ਹੋਗੇ ਪਤੰਗੇ ਸਜਾਤ ਹਦਰ ਦਾ ਡੀਆਈ ਡਰਾਮਿਆਂ ਦੇ مجموعه ਕਾਲਾ ਪਤਨ ਤੋਂ ਲਿੱਤਾ ਗਿਆ ਇੱਕ ਡਰਾਮਾ ਹੈ ਜਿਦੇ ਕਿਰਦਾਰਾਂ ਵਿੱਚ ਮਾਸਟਰ ਮਜੀਦullah ਜਿਹੜਾ ਮੇਨ ਕਰੈਕਟਰ ਹੈ ਮਰਕਜ਼ੀ ਕਿਰਦਾਰ ਹੈ ਉਹ ਜਵਾਨ जानदार मुहजब किरदारे करमा वाली है जी मोम्मर अनपरत है सुरैया इंस्पेक्टर अजहर मुहम्मद सईद सफदर रहमत खान नाजी मुश्किल लफ्जा के मायने तंगे परवाने महज़िब तहजीब ते तमीज़ ते वाला मुआमर चंगी उम्र वाला बुढ़ा या बुढ़ी शायस्ता नरमी तो हलीमी वाला रवैया खिसे जेब अन ओ गुब्बारे जिन्हों भरी हुए कहानी पा कहानी सुना प्यादे पैदल चलन वाले सो लग गई खबर हो गई या पता लग गया महानदरा शक्लो सूरत मश्करियाँ मख़ोल या मजाक काल, जल्दी नामीग्रामी मशहूर नमानी वचारी, अंत अंजाम शरीर दी होश ना रही यानी अपनी कोई होश ना रही बुलावा पैगाम पर्चे, अखबार साऊ भला मांस शरीफ आदमी बुढ़ा फरोश बच्चे गुलाम बनावन वाला बिपता आप बीती आस उम्मीद हर सलाब ढक सकता है या रोक सकता है सिक खिच रूह राजी करना अपने मन को खुश करना परतया वापस आया ਝਪਟ ਲਿਆ ਖੋ ਲਿਆ ਡਾਰਾਂ ਦੀ ਡਾਟ ਯਾਨੀ ਟੋਲੀਆਂ ਤੂੰ ਅੱਖੀਆਂ ਜਾਂ ਤੂੰ ਅੱਖਿਆ ਹੋਇਆ ਧੂਏ ਵਿੱਚ ਸਰਿਆ ਹੋਇਆ ਜਾਂ ਮੁਸੀਬਤਾਂ ਦਾ ਮਾਰਾ ਡਰਾਮਾ ਕਿਉਂ ਜੇ ਪਤੰਗੇ ਸਜਾਤ ਹੈਦਰ ਦਾ ਡਰਾਮਾ ਹੈ ਨਦੀਰ ਡੀਆਈ ਡਰਾਮੇ ਵਿੱਚ ਚਲਿਤਾ ਗਿਆ ਡਰਾਮਾ ਹੈ ਐਸੇ ਲਈ ਤੁਹਾਨੂੰ ਪਹਿਲੇ ਡਰਾਮੇ ਦੀ ਤਾਰੀਫ ਆਣੀ ਚਾਹੀਦੀ ਏ ਕਿ ਡਰਾਮਾ ਕਿੰ ਨੂੰ ਆਖਿਆ ਜਾਂਦਾ ਹੈ ਡਰਾਮਾ ਯੂਨਾਨੀ ਜ਼ਬਾਨ ਦਾ ਲਫ਼ਜ਼ ਏ ਜਿਹਦੇ ਮਾਇਨੇ ਨੇ ਕਰਕੇ ਵਖਾਣਾ ਐਸੇ ਲਈ ਡਰਾਮੇ ਵਿੱਚ ਕਿਰਦਾਰ ਅਮਲ ਕਰਕੇ ਵਖਾੰਦੇ ਨੇ ਅਤੇ ਵਿੱਚ ਜ਼ਰੂਰੀ ਜਿਹੜੇ ਅੰਗ ਨੇ ਉਹ ਪਲਾਟ ਕਿਰਦਾਰ ਮਕਾਲਮਾ ਜ਼ਮਾਨ ਤੇ ਮਕਾਨ ਸਟੇਜ ਮੂਸਿਕੀ ਇਹ ਸਾਰੀਆਂ ਛੇਵਾਂ ਇੱਕ ਚੰਗੇ ਡਰਾਮੇ ਦੀਆਂ ਬੁਨਿਆਦੀ ਲੋਰਾਂ ਨੇ ਜਾਂ ਬੁਨਿਆਦੀ ਅੰਗ ਨੇ ਅਜੋਕੇ ਡਰਾਮੇ ਚਾਰ ਕਿਸਮ ਦੇ ਹੁੰਦੇ ਨੇ ਸਟੇਜ ਡਰਾਮਾ ਰੇਡੀਓ ਡਰਾਮਾ ਟੀਵੀ ਡਰਾਮਾ ਜਾਂ ਲਿਖਤੀ ਡਰਾਮਾ